ਹੈਲੋ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੀਰ ਅਤੇ ਭਰਾਵਾਂ ਨੂੰ, ਅਤੇ ਤੁਹਾਡਾ ਫਿਰ ਤੋਂ ਵੈਲਕਮ ਹੈ ਮੇਰੇ ਯੂਟਿਊਬ ਚੈਨਲ ਦੇ ਉੱਤੇ, ਟਿਊਬਕਾਸਟ ਦੇ ਉੱਤੇ। ਅਤੇ ਅੱਜ ਦੀ ਜਿਹੜੀ ਵੀਡੀਓ ਹੈ, ਪਹਿਲਾਂ ਤਾਂ ਸਾਰਿਆਂ ਨੂੰ ਹੀ ਗੁੱਡ ਨਿਊਜ਼ ਹੈ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜਿਹੜੇ ਵੀ ਸ਼ੈਨਕਨ ਵੀਜ਼ੇ ਦੇ ਵਿੱਚ ਆਉਣਾ ਚਾਹੁੰਦੇ ਆ ਐਜ਼ ਏ ਟੂਰਿਸਟ ਵੀਜ਼ਾ, ਉਹਨਾਂ ਲਈ ਬਹੁਤ ਹੀ ਵਧੀਆ ਖੁਸ਼ਖਬਰੀ ਦੀ ਗੱਲ ਆ। ਅਤੇ ਅਸੀਂ ਅੱਜ ਉਹਨਾਂ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਇੱਦਾਂ ਹੀ ਵੀਡੀਓ ਦੇ ਵਿੱਚ ਬਣੇ ਰਹੋ, ਵੀਡੀਓ ਐਂਡ ਤੱਕ ਦੇਖਿਆ ਕਰੋ। ਫਿਰ ਮੈਨੂੰ ਕਮੈਂਟ ਬੋਕਸ ਦੇ ਵਿੱਚ ਵੀ ਤੁਸੀਂ ਕਈ ਵਾਰੀ ਸਵਾਲ ਪੁੱਛ ਦਿਓ ਕਿ ਭਾਅ ਜੀ ਮੈਨੂੰ ਸਮਾਂ ਨਹੀਂ ਲੱਗੀ ਜਾਂ ਕੁਛ ਹੋਇਆ ਨਹੀਂ, ਤਾਂ ਹੀ ਮੈਂ ਕਹਿੰਦਾ ਕਿ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਿਆ ਕਰੋ, ਉਹਨੂੰ ਚੰਗੀ ਤਰ੍ਹਾਂ ਵੀਡੀਓ ਐਂਡ ਤੱਕ ਦੇਖ ਕੇ ਫਿਰ ਕਮੈਂਟ ਬੋਕਸ ਦੇ ਵਿੱਚ ਜਾਂ ਮੇਰੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਈਮੇਲ ਐਡਰੈਸ ਦਿੱਤਾ ਹੈ ਮੇਰੇ ਚੈਨਲ ਡਿਸਕ੍ਰਿਪਸ਼ਨ ਦੇ ਵਿੱਚ, ਜਾ ਕੇ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ। ਅਤੇ ਚਲੋ ਵੱਧਦੇ ਹਾਂ ਹੁਣ ਵੀਡੀਓ ਦੇ ਵਿੱਚ। ਅੱਜ ਦੀ ਜਿਹੜੀ ਇਨਫੋਰਮੇਸ਼ਨ ਹੈ ਕਿ 18 ਤਰੀਕ ਨੂੰ ਅਪ੍ਰੈਲ ਦੇ ਵਿੱਚ ਜਿਹੜਾ EU ਪਾਰਲੀਮੈਂਟ ਹੈਗੀ ਆ, ਉਹਨਾਂ ਨੇ ਡਿਸੀਜ਼ਨ ਲਿਆ ਗਿਆ ਕਿ ਲਾਸਟ ਆਉਣ ਵਾਲੇ ਟਾਈਮ ਦੇ ਵਿੱਚ, ਲਾਸਟ 8 ਤੋਂ 9 ਸਾਲ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਜਿਹੜੇ ਆਸੀਅਨ ਦੇ ਵਿੱਚ ਜਿੰਨੇ ਵੀ ਏਸ਼ੀਆ ਦੇ ਵਿੱਚ ਆਉਂਦੇ ਸੀ, ਉਹ ਸਾਰਿਆਂ ਦੀ ਗਿਣਤੀ ਘੱਟੋ ਘੱਟ ਵੀ 2 ਤੋਂ 3 ਗੁਣਾ ਜ਼ਿਆਦਾ ਵੱਧ ਚੁੱਕੀ ਹੈ। ਕਿਉਂਕਿ ਹਰ ਇੱਕ ਨੂੰ, ਜਰਮਨ ਨੇ ਵੀ ਕਿੰਨੀ ਅਪਰਚੁਨਿਟੀ ਕੱਢ ਦਿੱਤੀ ਹੈ, ਓਪਰਚੁਨਿਟੀ ਕਾਰਡ ਵੀ ਆਉਣ ਵਾਲਾ ਹੈ, ਉਸ 'ਤੇ ਵੀ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ। ਅਤੇ ਬਲੂ ਕਾਰਡ ਵਾਲੇ ਵੀ ਆਪਣੀ ਫੈਮਿਲੀ ਲੈ ਕੇ ਆ ਸਕਦੇ ਨੇ, ਬਾਕੀ ਸਟੂਡੈਂਟ ਵੀਜ਼ਾ ਵੀ ਉਹਨਾਂ ਨੇ ਈਜ਼ੀ ਕਰਤਾ। ਇਹਦੇ ਨਾਲ ਨਾ ਉਹਨਾਂ ਨੂੰ ਕਾਫੀ ਹੋ ਗਿਆ ਕਿ ਕਾਫੀ ਜਿਹੜੇ ਸਟੂਡੈਂਟ ਨੇ ਜਾਂ ਬਲੂ ਕਾਰਡ ਵਾਲੇ ਨੇ ਆਪਣੀ ਫੈਮਿਲੀ ਨੂੰ ਇੱਥੇ ਇਨਵਾਈਟ ਕਰਦੇ ਨੇ ਐਜ਼ ਏ ਟੂਰਿਸਟ, ਐਜ਼ ਏ ਜਿੱਦਾਂ ਆਪਣੇ ਪੇਰੈਂਟਸ ਨੂੰ। ਅਤੇ ਉਹਦੇ ਕਰਕੇ ਕਾਫੀ ਜਿਹੜੀ ਟੂਰਿਸਟ ਦੀ ਗਿਣਤੀ ਹੈ ਉਹ ਜਰਮਨ ਦੇ ਵਿੱਚ ਵੀ ਵੱਧ ਗਈ ਹੈ, ਅਤੇ ਜਾਂ ਜਿਹੜੇ ਹੋਰ ਯੂਰੋਪ ਦੀਆਂ ਕੰਟਰੀਆਂ ਨੇ ਉਹਨਾਂ ਦੇ ਵਿੱਚ ਵੀ ਵੱਧ ਚੁੱਕੀ ਹੈ। ਅਤੇ 18 ਅਪ੍ਰੈਲ ਨੂੰ ਵਾਹਿਗੁਰੂ ਦੀ ਮਿਹਰ ਨਾਲ, ਚਲੋ ਸਾਰਿਆਂ ਵਾਸਤੇ ਡਿਸੀਜ਼ਨ ਵਧੀਆ ਹੋ ਗਿਆ। ਪਹਿਲਾਂ ਜਿੱਦਾਂ ਸਾਨੂੰ ਟੂਰਿਸਟ ਤੁਸੀਂ ਵੀਜ਼ਾ ਅਪਲਾਈ ਕਰਦੇ ਸੀ, ਅਤੇ ਤੁਹਾਨੂੰ ਉਨਾ ਹੀ ਵੀਜ਼ਾ ਮਿਲਦਾ ਸੀ ਜਿੰਨਾ ਤੁਸੀਂ ਮੈਂਸ਼ਨ ਕੀਤਾ ਹੁੰਦਾ ਸੀ ਵੀਜ਼ਾ ਐਪਲੀਕੇਸ਼ਨ ਦੇ ਵਿੱਚ। ਜੇ ਕਿਸੇ ਨੇ ਸਪੋਂਸਰ ਲੈਟਰ 30 ਦਿਨ ਦਾ ਬਣਾਇਆ ਹੁੰਦਾ ਸੀ, ਅਤੇ ਉਹਨੂੰ ਹੋ ਸਕਦਾ 30 ਦਿਨ ਦਾ ਹੀ ਵੀਜ਼ਾ ਦਿੰਦੇ ਸੀ, ਜਾਂ ਵੱਧ ਤੋਂ ਵੱਧ ਉਹਨੂੰ 6 ਮਹੀਨੇ ਦਾ 180 ਦਿਨ ਦਾ ਵੀਜ਼ਾ ਦਿੱਤਾ ਜਾਂਦਾ ਸੀ, ਅਤੇ ਉਹਦੇ ਵਿੱਚ 90 ਦਿਨ ਦੀ ਐਂਟਰੀ ਹੀ ਪਾਈ ਜਾਂਦੀ ਸੀ, 90 ਦਿਨ ਤੋਂ ਤੁਸੀਂ ਜ਼ਿਆਦਾ ਨਹੀਂ ਰਹਿ ਸਕਦੇ ਸੀ। ਅਤੇ ਹੁਣ ਵੀ ਇੱਦਾਂ ਹੀ ਆ, ਹੁਣ ਵੀ ਤੁਸੀਂ 90 ਦਿਨ ਤੋਂ ਜ਼ਿਆਦਾ ਨਹੀਂ ਰਹਿ ਸਕਦੇ, ਪਰ ਵੀਜ਼ਾ ਦੀ ਉਹਨਾਂ ਨੇ ਐਕਸਟੈਂਡ ਲਿਸਟ ਵਧਾ ਦਿੱਤੀ ਹੈ। ਵੀਜ਼ਾ ਹੁਣ ਤੁਹਾਨੂੰ ਜਦੋਂ ਵੀ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਦੇ ਹੋ, ਜਦੋਂ ਵੀ ਉਹ ਅਪਰੂਵ ਹੋਇਆ ਕਰੇਗਾ ਕੋਈ ਵੀ ਸ਼ੈਨਕਨ ਕੰਟਰੀ ਦੇ ਵਿੱਚ, ਉਹ ਅਪਰੋਕਸੀਮੇਟਲੀ 2 ਤੋਂ 5 ਸਾਲ ਦਾ ਵੀਜ਼ਾ ਤੁਹਾਨੂੰ ਦਿੱਤਾ ਜਾਏਗਾ। ਉਹਦਾ ਬੈਨੀਫਿਸ਼ੀਅਲ ਉਹਨਾਂ ਨੇ ਇਹ ਦੇਖਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ, ਇੱਕ ਤਾਂ ਤੁਹਾਡੀ ਜਿਹੜਾ ਟਾਈਮ ਹੈ ਉਹਦੀ ਜਿਹੜਾ ਟਾਈਮ ਦੀ ਬੱਚਤ ਹੋਏਗੀ, ਟਾਈਮ ਵੀ ਤੁਹਾਡੇ ਤੋਂ ਸੇਵਿੰਗ ਹੋਏਗੀ, ਅਤੇ ਇੱਕ ਤੁਹਾਡਾ ਜਿਹੜਾ ਖਰਚਾ ਹੋਏਗਾ ਉਹਦੀ ਵੀ ਸੇਵਿੰਗ ਹੋਏਗੀ ਆਟੋਮੈਟਿਕਲੀ। ਅਤੇ ਟਾਈਮ ਦੀ ਸੇਵਿੰਗ ਦੇ ਨਾਲ ਨਾਲ ਹੀ ਤੁਹਾਨੂੰ ਜਿਹੜਾ ਹੈ ਕਿ ਵਾਰ ਵਾਰ ਤੁਹਾਨੂੰ ਪੇਪਰ ਇੱਥੇ ਨਹੀਂ ਜਾਣਾ ਪੈਂਦਾ, ਸਪੋਂਸਰ ਲੈਟਰ ਤਿਆਰ ਕਰਨ ਲਈ ਉਹਨਾਂ ਨੂੰ ਫਿਰ ਤੋਂ ਆਪਣੀ ਸੈਲਰੀ ਸਲਿਪਸ ਨਹੀਂ ਸ਼ੋਅ ਕਰਨੀਆਂ ਪੈਣਗੀਆਂ, ਅਤੇ ਤੁਸੀਂ ਵੀ ਫਰੀ ਆਫ ਮਾਈਂਡ ਰਹੋਗੇ। ਇੱਕ ਵਾਰੀ ਜਿੱਦਾਂ 5 ਸਾਲ ਦਾ ਵੀਜ਼ਾ ਜੇ ਕਿਸੇ ਨੂੰ ਮਿਲਿਆ ਹੋਏਗਾ ਜਾਂ 2 ਸਾਲ ਦਾ ਵੀਜ਼ਾ ਮਿਲਿਆ ਹੋਏਗਾ, ਉਹ ਇੱਥੇ 90 ਦਿਨ ਰਹਿ ਕੇ ਫਿਰ ਕੰਟਰੀ ਆਊਟ ਕਰਕੇ ਫਿਰ ਜਦੋਂ ਉਹਨੂੰ 180 ਦਿਨ, ਜਿੱਦਾਂ 90 ਦਿਨ ਹੋਰ ਹੋ ਗਏ ਹੋਣਗੇ ਇੰਡੀਆ ਦੇ ਵਿੱਚ ਰਹਿੰਦੇ ਨੂੰ, ਉਹ ਫਿਰ ਤੋਂ 90 ਦਿਨ ਆਣ ਕੇ ਰਹਿ ਸਕਦਾ, ਉਹਨੂੰ ਫਿਰ ਤੋਂ ਵੀਜ਼ਾ ਅਪਲਾਈ ਕਰਨ ਦੀ ਲੋੜ ਨਹੀਂ ਹੈਗੀ। ਇਹ ਮਲਟੀਪਲ ਵੀਜ਼ਾ ਹੈ, ਮਲਟੀਪਲ ਵੀਜ਼ਾ ਇੱਦਾਂ ਕਿ ਤੁਸੀਂ 180 ਕੰਟਰੀ ਦੇ ਵਿੱਚ ਵੀਜ਼ਾ ਤੁਹਾਨੂੰ ਮਿਲਿਆ ਕਰੇਗਾ 2 ਤੋਂ 5 ਸਾਲ ਦੇ ਵਿੱਚ, ਅਤੇ ਉਹਦੇ ਵਿੱਚ ਤੁਹਾਨੂੰ 90 ਦਿਨ ਦਾ ਉਹਨਾਂ ਨੇ ਸਟੇ ਵਾਸਤੇ ਦੱਸਿਆ ਹੋਏਗਾ ਨਾ, ਜਿੱਦਾਂ ਸਟੇ ਆਫ ਐਂਟਰੀ ਜਿਹਨੂੰ ਕਹਿੰਦੇ ਨੇ ਕੰਟਰੀ ਦੇ ਵਿੱਚ, ਅਤੇ ਉਹ ਵੀ ਆਟੋਮੈਟਿਕਲੀ ਤੁਸੀਂ ਦੇਖ ਸਕਦੇ ਹੋ। ਜਿਹਦੇ ਜਿਹਨੂੰ 5 ਸਾਲ ਦਾ ਵੀਜ਼ਾ ਮਿਲਿਆ ਹੋਏਗਾ, ਅਤੇ ਆਟੋਮੈਟਿਕਲੀ 90 ਦਿਨ ਉੱਥੇ ਰਹਿ ਕੇ, ਅਤੇ ਜਦੋਂ ਫਿਰ ਆਪਣੀ ਕੰਟਰੀ ਜਾ ਕੇ ਉੱਥੇ 90 ਦਿਨ ਰਹਿ ਕੇ, ਜਦੋਂ ਪੂਰੇ ਵੀਜ਼ਾ ਮਿਲੇ ਨੂੰ 180 ਦਿਨ ਹੋ ਗਏ ਹੋਣਗੇ, ਅਤੇ 181 ਦਿਨ ਦੇ ਵਿੱਚ ਤੁਸੀਂ ਫਿਰ ਕੰਟਰੀ ਦੇ ਵਿੱਚ ਇਨ ਕਰ ਸਕਦੇ ਹੋ, ਯੂਰੋਪ ਦੀ ਕਿਸੇ ਵੀ ਕੰਟਰੀ ਦੇ ਵਿੱਚ। ਉਹਦੇ ਨਾਲ ਕੀ ਹੋਏਗਾ, ਕਿਉਂਕਿ ਇਹ ਉਹਨਾਂ ਨੇ ਇਸ ਲਈ ਕੀਤਾ ਕਿਉਂਕਿ ਜਦੋਂ ਤੁਸੀਂ ਆਪਣੀ ਵੀਜ਼ਾ ਐਪਲੀਕੇਸ਼ਨ ਦੇ ਵਿੱਚ 1 ਮਹੀਨੇ ਦਾ ਵੀਜ਼ਾ ਜਾਂ 4 ਵੀਕਸ ਦਾ ਵੀਜ਼ਾ ਉਹਦੇ ਵਿੱਚ ਪ੍ਰੋਵਾਈਡ
ਉਹਨਾਂ ਨੂੰ ਇਨਫੋਰਮੇਸ਼ਨ ਵਾਸਤੇ ਪ੍ਰੋਵਾਈਡ ਕਰਦੇ ਸੀ ਕਿ ਇੰਨੇ ਦਿਨ ਵਾਸਤੇ ਮੇਰੇ ਪੇਰੈਂਟਸ ਨੇ ਮੇਰੇ ਕੋਲ ਆਉਣਾ ਜਾਂ ਮੇਰੇ ਬ੍ਰਦਰ ਨੇ ਆਉਣਾ ਜਾਂ ਮੇਰੀ ਸਿਸਟਰ ਨੇ ਆਉਣਾ, ਉਹਦੇ ਵਿੱਚ ਉਹਨਾਂ ਕੋਲ ਹੋਰ ਵੀ ਕੰਟਰੀਆਂ ਜਾਣ ਦਾ ਮੌਕਾ ਬਹੁਤ ਘੱਟ ਮਿਲਦਾ ਸੀ। ਜਿੱਦਾਂ ਅਸੀਂ ਜਰਮਨ ਦੇ ਵਿੱਚ ਰਹਿੰਦੇ ਹਾਂ, ਜਰਮਨ ਵਿੱਚ ਸਾਨੂੰ ਇਹ ਹੁੰਦਾ ਸਾਡੀ ਫੈਮਿਲੀ ਆਈ ਸੀ ਫਰਾਂਸ ਚੱਲ ਜਾਈਏ, ਅਸੀਂ ਸਵਿਟਜ਼ਰਲੈਂਡ ਚੱਲ ਜਾਈਏ, ਅਸੀਂ ਬੈਲਜੀਅਮ ਚੱਲ ਜਾਈਏ ਜ਼ਿਆਦਾ, ਪਰ ਸਾਨੂੰ ਕੋਈ ਸਾਰੀਆਂ ਕੰਟਰੀਆਂ ਨਹੀਂ ਘੁੰਮਾਉਂਦੀਆਂ ਸੀ ਨਾ, ਕਿ ਟਾਈਮ ਦੀ ਸ਼ੋਰਟਸ ਬਹੁਤ ਜ਼ਿਆਦਾ ਸੀ। ਉਹਨੂੰ ਸ਼ੋਰਟਸ ਨੂੰ ਦੇਖਦੇ ਹੋਏ ਉਹਨਾਂ ਨੇ ਹੁਣ ਇਹ ਨਵਾਂ ਜਿਹੜਾ ਪ੍ਰਪੋਜ਼ਲ ਹੈ ਉਹਨੂੰ ਅਪਲਾਈ ਕਰ ਦਿੱਤਾ ਗਿਆ। ਹੁਣ ਜਿਹੜੇ ਵੀ ਨਿਊ ਜਿੰਨੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਟੂਰਿਸਟ ਵੀਜ਼ਾ ਅਪਲਾਈ ਕਰਨਗੇ, ਉਹਨਾਂ ਨੂੰ ਸਾਰਿਆਂ ਨੂੰ 2 ਤੋਂ 5 ਸਾਲ ਦਾ ਵੀਜ਼ਾ ਮਿਲੇਗਾ। ਇਹ ਸੀ ਤੁਹਾਡੇ ਲਈ ਤਾਜ਼ਾ ਇਨਫੋਰਮੇਸ਼ਨ। ਬਾਕੀ ਇੱਦਾਂ ਹੀ ਵੀਡੀਓ ਚੈਨਲ 'ਤੇ ਬਣੇ ਰਹੋ, ਵੀਡੀਓ ਨੂੰ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਲਈ ਅਸੀਂ ਵੀਡੀਓ ਲੈ ਕੇ ਆ ਰਹੇ ਹਾਂ, ਤੁਹਾਨੂੰ ਕਿਸੇ ਵੀ ਏਜੰਟ ਕੋਲ ਜਾਣ ਦੀ ਲੋੜ ਨਹੀਂ। ਤੁਸੀਂ ਕਿੱਦਾਂ ਆਪਣਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਤੁਸੀਂ ਸਾਡੇ ਚੈਨਲ 'ਤੇ ਇਨਫੋਰਮੇਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਅਸੀਂ ਤੁਹਾਨੂੰ ਦੱਸਾਂਗੇ ਕਿੱਥੇ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ, ਕਿੱਥੇ ਤੁਸੀਂ ਜਾ ਕੇ ਅਪੁਆਇੰਟਮੈਂਟ ਲੈ ਸਕਦੇ ਹੋ, ਕਿਹੜੇ ਡਾਕੂਮੈਂਟ ਤੁਹਾਨੂੰ ਚਾਹੀਦੇ ਨੇ ਅਤੇ ਕਿਹੜੇ ਕਿੱਥੇ ਜਾ ਕੇ ਤੁਸੀਂ ਸਬਮਿਟ ਕਰਵਾਉਣੇ ਨੇ, ਸਾਰੀ ਇਨਫੋਰਮੇਸ਼ਨ ਅਤੇ ਉਹਦੀ ਕਿੰਨੀ ਫੀਸ ਹੋਏਗੀ। ਘੱਟੋ ਘੱਟ ਵੀ ਸਾਰੀ ਤੁਹਾਨੂੰ ਇਨਫੋਰਮੇਸ਼ਨ ਅਸੀਂ ਵੀਡੀਓ ਦੇ ਵਿੱਚ ਪ੍ਰੋਵਾਈਡ ਕਰਾਂਗੇ। ਇੱਦਾਂ ਹੀ ਚੈਨਲ 'ਤੇ ਬਣੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ। ਓਕੇ ਜੀ।